अमृतसर ਦੇ ਜੋੜਾ ਫਾਟਕ ਤੇ ਅੱਧੀ ਰਾਤ ਨੂੰ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਲੋਕਾਂ ਨੇ ਇਲਾਕੇ ਵਿੱਚ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਇਹ ਘਟਨਾ ਜੋੜਾ ਫਾਟਕ ਦੇ ਧਰਮਪੁਰਾ ਇਲਾਕੇ ਦੀ ਹੈ, ਜਿੱਥੇ ਇੱਕ ਤੰਗ ਗਲੀ ਵਿੱਚੋਂ ਬਾਈਕ ਕੱਢਣ ਨੂੰ ਲੈ ਕੇ ਆਪਸ ਵਿੱਚ ਦੋ ਨੌਜਵਾਨਾਂ ਵਿੱਚ ਤਕਰਾਰ ਹੋ ਗਈ, ਜਿਸਦਾ ਲੋਕਾਂ ਵੱਲੋਂ ਦੋਵਾਂ ਨੂੰ ਸ਼ਾਂਤ ਕਰਵਾ ਕੇ ਭੇਜ ਦਿੱਤਾ। ਪਰ ਅੱਧੀ ਰਾਤ ਨੂੰ ਸਾਹਿਲ ਨਾਮ ਦਾ ਨੌਜਵਾਨ ਆਪਣੇ ਕੁਝ ਸਾਥੀ ਲੈ ਕੇ ਸ਼ਿਵਾ ਦੇ ਘਰ ਬਾਹਰ ਆ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸਦੇ ਚਲਦੇ ਦੋ ਗੋਲੀਆਂ ਸ਼ਿਵਾ ਦੇ ਲੱਗੀਆਂ। ਗੋਲੀ ਲੱਗਣ ਨਾਲ ਸ਼ਿਵਾ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਸ਼ਿਵਾ ਨੇ ਦੱਸਿਆ ਕਿ ਸਾਡੀ ਗਲੀ ਛੋਟੀ ਅਤੇ ਤੰਗ ਹੈ, ਜਿਸ ਸਾਹਿਲ ਦੇ ਨਾਲ ਬਾਈਕ ਕੱਢਣ ਨੂੰ ਲੈ ਕੇ ਤਕਰਾਰ ਹੋ ਗਈ। ਬਾਅਦ ਵਿੱਚ ਲੋਕਾਂ ਨੇ ਰਾਜ਼ੀਨਾਮਾ ਕਰਵਾ ਦਿੱਤਾ ਅਤੇ ਬਾਅਦ ਵਿੱਚ ਅੱਧੀ ਰਾਤ ਨੂੰ ਸਾਹਿਲ ਆਪਣੇ 15 ਤੋਂ 20 ਦੋਸਤਾਂ ਨੂੰ ਲੈ ਕੇ ਆਇਆ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਦੋ ਗੋਲੀਆਂ ਮੇਰੇ ਲੱਗੀਆਂ, ਇੱਕ ਮੇਰੇ ਪੱਟ ਵਿੱਚ ਲੱਗੀ ਅਤੇ ਦੂਜੀ ਛੂ ਕੇ ਲੰਘ ਗਈ। ਉਹਨਾਂ ਕਿਹਾ, ਅਸੀਂ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ। जनहितैषी, टीआरपी नहीं खरीदते, भरोसा जीतते हैं हम। हाई सर, अपना नाम दस दियो। मेरा नाम हरप्रीत सिंह है। हैप्पी केंद्र कौन है? ओ मेरा भणेवा भाई। ਕੀ ਵਜ੍ਹਾ ਆਈ ਅਤੇ ਗੱਡੀ ਲੈ ਕੇ ਆ ਰਿਹਾ ਸੀ, ਉੱਧਰ ਉਹ ਵੀ ਆ ਰਿਹਾ, ਉਹਨੇ ਡਰਿੰਕ ਕੀਤੀ ਸੀ, ਇਹਦੇ ਵਿੱਚ ਵੱਜ ਗਿਆ। ਬਾਅਦ 'ਚੋਂ ਆਪਸ 'ਚ ਇੱਕ ਦੂਜੇ ਨਾਲ ਲੜ ਪਏ ਸੀ ਅਤੇ ਇਹਨਾਂ ਨੂੰ ਸਮਝਾਇਆ ਕਿ ਚਲੋ ਕੋਈ ਗੱਲ ਨਹੀਂ, ਮਾੜੀ ਮੋਟੀ ਗੱਲ ਹੋ ਗਈ ਹੈ, ਕੋਈ ਗੱਲ ਨਹੀਂ। ਫਿਰ ਇਹਨੂੰ ਵੀ ਭੇਜਤਾ, ਉਹਨੂੰ ਵੀ ਭੇਜਤਾ। ਉਹ ਬਾਅਦ 'ਚ ਇਹਨੂੰ ਇਹ ਹੌਲੀ ਹੌਲੀ ਘਰ ਆਇਆ, ਘਰ ਆ ਕੇ ਪਹੁੰਚਿਆ, ਉਹਨਾਂ ਨੇ 20-25 ਮੁੰਡੇ ਲਿਆ ਕੇ ਮਿੰਟੋ ਮਿੰਟੀ ਗੋਲੀਆਂ ਕੱਢੀਆਂ, 5 ਹਥਿਆਰ ਕੱਢੇ, ਮਾਰਨੇ ਸ਼ੁਰੂ ਕਰਤੇ। 10-12 ਖੋਰ ਹੈ ਜਿਹੜੇ ਪੁਲਿਸ ਵਾਲਿਆਂ ਨੂੰ ਮਿਲ ਗਏ ਨੇ। ਬਾਕੀ ਸਵੇਰੇ ਹਨੇਰਾ ਸੀ, 2 ਵਜੇ ਸੀ, ਅਤੇ ਬਾਕੀ ਜਿਹੜੀ ਦੀ ਵੱਖੀ 'ਚੋਂ ਗੋਲੀ ਨਿਕਲੀ ਉਹ ਵੀ ਨਿਕਲੀ ਹੈ, ਅਤੇ 2 ਲੱਗੀਆਂ ਗੋਲੀਆਂ ਪੱਟ ਦੇ ਲਾਗੋਂ ਨਿਕਲੀਆਂ ਜੀ। ਗੋਲੀ ਕਿਹੜਾ ਇਲਾਕਾ ਅਤੇ ਕਿਹੜੀ ਜਗ੍ਹਾ? ਇਲਾਕਾ ਧਰਮਪੁਰਾ, ਗਲੀ ਨੰਬਰ 4 ਅਤੇ ਜੱਜ ਨਗਰ ਹੈਗਾ ਜੀ। ਉਹ ਮੁੰਡੇ ਕਿੱਥੋਂ ਦੇ ਰਹੇ? ਉਹ ਮੁੰਡੇ ਕ੍ਰਿਸ਼ਨਾ ਨਗਰ ਦੇ ਗਏ ਨੇ, 3 ਮੁੰਡੇ ਹੀਰੇ ਸੁਨਿਆਰੇ ਦੇ, ਅਮਿਤ, ਰੋਹਿਤ ਅਤੇ ਸਾਹਿਲ। ਉਹਨਾਂ ਨੂੰ ਘਰ ਦਾ ਕਿਵੇਂ ਪਤਾ ਲੱਗਾ ਕਿ ਇੱਥੇ? ਇਹ ਉਹ ਬਾਜ਼ਾਰ 'ਚ ਅਸੀਂ ਆਉਂਦੇ ਜਾਂਦੇ, ਉਹਨਾਂ ਨੂੰ ਇੰਨਾ ਪਤਾ ਵਾ ਕਿ ਇਹ ਇੱਥੇ ਰਹਿੰਦਾ ਵਾ। ਪ੍ਰਸ਼ਾਸਨ ਨੂੰ ਕੀ ਮੰਗ? ਪ੍ਰਸ਼ਾਸਨ ਤਾਂ ਇਹੀ ਕਹਿੰਦਾ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ, ਉਹਨਾਂ ਕੋਲ ਵੈਪਨ ਕੀ ਕੀਤੇ ਜਾਣ। 5 ਵੈਪਨ ਹੈਗੇ ਸੀ, ਕੱਢੇ ਕਿੰਨੇ ਫੈਰ ਕੱਢੇ? ਉਹਨਾਂ ਨੇ ਕੱਟੇ 20 ਫੈਰ ਕੱਢੇ ਸੀ, ਜਿਹਦੇ ਵਿੱਚੋਂ 3 ਫੈਰ ਇਹਦੇ ਲੱਗ ਗਏ ਨੇ, ਬਾਕੀ ਪੁਲਿਸ ਨੂੰ ਅਸੀਂ ਖੋਰ ਦਿੱਤੇ ਨੇ, 10 ਖੋਰ ਮਿਲ ਗਏ। ਕੋਈ ਸੀਸੀਟੀਵੀ ਵੀਡੀਓ ਆਈ ਹੋਵੇ ਤੁਹਾਡੇ ਕੋਲ? ਆਈ ਹੈ, ਉਹ ਕੀ ਕਹਿੰਦੇ ਆ, ਸਾਡੇ ਸਾਹਮਣੇ ਆ ਸਾਰੀ ਵੀਡੀਓ ਆ ਗਈ ਹੈ, ਜਿੰਨੇ ਵੀ ਮੁੰਡੇ ਆ ਸਾਰੇ ਵੀਡੀਓ 'ਚ ਆ ਗਏ। ਕੋਈ ਸੀਸੀਟੀਵੀ ਵੀਡੀਓ ਤੁਸੀਂ ਦਿੱਤੀ ਕਿ ਪੁਲਿਸ ਨੇ ਆਪ ਲਈ? ਨਹੀਂ, ਅਸੀਂ ਦਿੱਤੀ, ਪੁਲਿਸ ਵਾਲਿਆਂ ਨੂੰ ਕਿਹਾ ਇੱਥੇ ਕੈਮਰੇ ਲੱਗੇ ਆ, ਆ ਕੇ ਦੇਖੋ ਕਿਹੜੇ ਕਿਹੜੇ ਮੁੰਡੇ ਆ। ਜਦੋਂ ਉਹਨਾਂ ਨੇ ਦੇਖਿਆ, ਇੱਕ ਨੇ ਹੀਰੇ ਸਿਆਣਿਆਂ ਦੇ ਸਾਹਿਲ ਮੁੰਡੇ ਨੇ ਸਿੱਧੇ ਉੱਤੇ ਮੰਮੀ ਚੜ੍ਹੀ ਸੀ, ਸਿੱਧੇ ਫੈਰ ਮਾਰੇ 3, ਮੇਰੀ ਮਾਤਾ ਮਹਾਂ ਬਚੀ ਹੈ, ਖੰਬੇ ਤੋਂ ਆਸੋ ਪਾਸੋ ਫੈਰ ਲੰਘੇ। ਜਾਲੀ ਨਿਸ਼ਾਨ ਨਹੀਂ ਕਹਿੰਦੇ ਆ ਕਿ ਪਰਚਾ ਕਰਾਓ ਇਹਨਾਂ 'ਤੇ, ਵੱਧ ਤੋਂ ਵੱਧ ਕਾਰਵਾਈ ਦਿੱਤੀ। ਮੌਕੇ 'ਤੇ ਕੋਈ ਅਧਿਕਾਰੀ ਪਹੁੰਚੇ? ਮੌਕੇ 'ਤੇ ਸਾਰੇ ਪਹੁੰਚੇ, ਜਿੰਨੇ ਵੀ ਪੁਲਿਸ ਵਾਲੇ ਸਾਰੇ ਹੀ ਆਪਣੇ ਅਫਸਰ ਸਨ। ਪੁਲਿਸ ਨੇ ਤੱਕ ਕੀ ਕਾਰਵਾਈ ਕੀਤੀ? ਪੁਲਿਸ ਨੇ ਹੁਣੇ ਕਾਰਵਾਈ ਦੇ ਬਿਆਨ ਲੈ ਗਏ, ਉਹ ਕਹਿੰਦੇ ਮੌਕੇ 'ਤੇ ਪਰਚਾ ਕੱਢ ਦਿੱਤਾ। ਕਾਬੂ ਕੋਈ ਨਹੀਂ ਕੀਤਾ? ਕਾਬੂ ਕੋਈ ਨਹੀਂ ਆਇਆ, ਰਾਤੀ ਗਏ ਹਾਂ ਘਰ, ਉਹਨਾਂ 'ਤੇ ਕੋਈ ਕਾਬੂ ਨਹੀਂ ਆਇਆ ਉੱਥੇ। ਹਾਂਜੀ ਭਾਅ ਜੀ, ਆਪਣਾ ਨਾਮ ਦੱਸੋ। ਮੇਰਾ ਨਾਮ ਭਾਈ ਸ਼ਿਵਾ। ਕਿੱਥੋਂ ਦੇ ਰਹਿਣ ਵਾਲੇ? ਚੋੜਾ ਫੜ ਭਾਅ ਜੀ। ਕੀ ਗੱਲ ਹੋਈ? ਵੈਸੇ ਬਾਈਕ ਤੋਂ ਭਾਅ ਜੀ ਗੱਲ ਹੋਈ ਸੀ, ਤਾਂ ਬਾਅਦ ਛੋਟਾ ਛੜਾ ਹੋ ਗਿਆ, ਅਤੇ ਉਸ ਤੋਂ ਬਾਅਦ ਇੱਦਾਂ ਹੀ ਮੁੰਡੇ ਲੈ ਕੇ ਆ ਗਿਆ ਘਰੇ, ਅਤੇ ਬਾਅਦ ਗੋਲੀਆਂ ਗੋਲੀਆਂ ਚਲਾਉਣ ਲੱਗ ਗਏ। ਕੌਣ ਸੀ ਬੰਦੇ, ਕਿੱਥੋਂ ਦੇ ਰਹਿਣ ਵਾਲੇ? ਬੰਦੇ ਜੋੜਾ ਫੜਦਾ ਸੀ, ਸਾਹਿਲ ਉਹਦੇ ਨਾਲ ਸੀ, ਉਸ ਤੋਂ ਬਾਅਦ ਪੱਤਾ ਸੀ, ਆਪਾਂ ਹੀ ਰਿਸ਼ਤੇਦਾਰ ਹੀ ਹੈ। ਕਿੰਨੇ ਬੰਦੇ ਟੋਟਲ? ਇਹ ਟੋਟਲ ਆਏ 15 ਜਣੇ। ਕੀ ਕੰਮ ਕੀ ਕਰਦੇ? ਮੈਂ ਭਾਅ ਜੀ ਕੜਿਆਂ ਕਿਰਪਾਨੇ ਲੱਗਾ। ਉਹ ਕੀ ਕੰਮ ਕਰਦੇ? ਉਹ ਸੁਨਿਆਰੀ ਦੁਕਾਨ ਉਹਨਾਂ ਦੀ। ਕਿੰਨੀ ਉਮਰ ਦੇ ਮੁੰਡੇ? ਵੱਡੇ ਹੀ ਆ ਭਾਈ, 19 ਸਾਲ, 20 ਸਾਲ। ਫਾਇਰ ਕੱਢੇ ਗਏ? ਕਿੰਨੇ ਵੈਪਨ ਸੀ ਉਹਨਾਂ ਕੋਲ? 5 ਉਹਨਾਂ ਨੇ ਫਾਇਰ ਕੱਢੇ ਸੀ ਭਾਅ ਜੀ, 8, ਅਤੇ 2 ਮੇਰੇ ਵੱਜੇ ਆ। ਵੈਪਨ ਕਿੰਨੇ? ਵੈਪਨ ਉਹਨਾਂ ਕੋਲ ਹੋ ਗਏ 5, 2 ਉਹਨਾਂ ਨੇ ਚਲਾਏ। ਉਸਨੇ ਅਜੇ ਤੱਕ ਕੀ ਕਾਰਵਾਈ ਕੀਤੀ ਹੈ ਭਾਈ? ਉਹ ਕਾਰਵਾਈ ਕਰ ਰਹੇ ਹਰੇ। ਹਾਂਜੀ ਹਾਂਜੀ, ਆਏ ਸੀਸੀਟੀਵੀ ਦੇਖੀ ਹੈ ਤੁਹਾਨੂੰ? ਹਾਂਜੀ, ਸੀਸੀਟੀਵੀ ਕੋਈ ਹੈ? ਹਾਂਜੀ ਹਾਂਜੀ, ਦੇਖੀ ਉਹਨਾਂ ਨੇ। ਨਹੀਂ, ਪੁਲਿਸ ਵਾਲਾ ਲੈ ਲਈ। ਮੰਗ ਕੀ ਕਰਦੇ ਹੋ? ਮੰਗ ਆਈ ਭਾਈ ਮੈਨੂੰ ਸਵਾਸ ਦਾ। ਕੁਛ ਵੀ ਨਹੀਂ ਭਾਈ, ਬਾਈਕ ਤੋਂ ਹੋ ਗਈ ਭਾਜੀ, ਉਹਨੇ ਡਰਿੰਕ ਤੋਂ ਕੀਤੀ, ਉਹਨੇ ਬੈਟਰਿੰਕ ਤੋਂ ਗੱਲ ਵੱਧ ਗਈ। ਉਹਦੀ ਬਾਈਕ ਸੀ, ਥੋੜ੍ਹੀ ਗਲੀ ਛੋਟੀ ਸੀ, ਉਹਨੇ ਡਰਿੰਕ ਕੀਤੀ, ਬਾਈਕ ਗੱਲ ਕੱਢੀ ਮੈਨੂੰ,
ਤੇ ਅੱਗੋਂ ਮੈਂ ਵੀ ਕੱਟਤੀ ਬਸ ਅੱਧੇ ਹੱਥੋਂ ਪਾਈ ਹੋਈ ਉਸ ਤੋਂ ਬਾਅਦ ਛੋਟਾ ਛੁੜਾ ਹੋ ਗਿਆ ਬਾਅਦ 'ਚ ਫਿਰ ਮੁੰਡੇ ਲੈ ਕੇ ਘਰੇ ਆ ਗਿਆ ਉਹ ਵਾਕਫ ਸੀ ਪਹਿਲਾਂ ਕਦੀ ਮਿਲੇ ਉਹਨੂੰ ਨਾ ਨਾ ਕਦੀ ਨਹੀਂ ਜਾਣ ਬੰਦਾ ਪਹਿਲੀ ਵਾਰ ਕੀ ਆ ਝਗੜਾ ਹਾਂਜੀ ਹਾਂਜੀ ਕਿੰਨੇ ਨੌਜਵਾਨ ਸੀ ਜਿੰਨਾ ਲਵਾਏ ਗਏ ਸੀ ਭਾਈ 15 ਜਣੇ ਆਏ ਸੀ ਹੋਏਗਾ ਮੈਂ ਤੁਹਾਨੂੰ ਹਾਂਜੀ ਸਰ ਕੀ ਹੈ ਜੀ ਮਾਮਲਾ ਜਿਹੜਾ ਇੱਕ ਸ਼ੁਕ ਦੇ ਲੜਕੇ ਦੇ ਉੱਤੇ ਗੋਲੀਆਂ ਜਿਹੜੀਆਂ ਚੱਲੀਆਂ ਨੇ ਰਾਤ ਇੱਕ ਲੜਕਾ ਹੈਗਾ ਜੀ ਪਲਵਿੰਦਰ ਸਿੰਘ ਜਿਹੜਾ ਕਿ ਧਰਮਪੁਰਾ ਜੋੜਾ ਫਾਟਕ ਲੱਗੇ ਰਹਿੰਦਾ ਉਹ ਕਿਤੇ ਆਪਣੇ ਕੱਲ੍ਹ ਬਰਥਡੇ ਪਾਰਟੀ ਆਪਣੇ ਰਿਸ਼ਤੇਦਾਰਾਂ ਦੇ ਜਨਮਦਿਨ ਦੀ ਪਾਰਟੀ ਤੋਂ ਆ ਰਿਹਾ ਸੀ ਅਤੇ ਰਸਤੇ ਵਿੱਚ ਜਦੋਂ ਉਹ ਭੋਲੇ ਵਾਲੀ ਚੱਕੀ ਵਾਲੀ ਗਲੀ 'ਚ ਪਹੁੰਚਿਆ ਤਾਂ ਉੱਥੇ ਕੋਈ ਮੁੰਡਾ ਹੈਗਾ ਮੋਹਿਤ ਮਹਾਜਨ ਐਕਟਿਵਾ 'ਤੇ ਆ ਰਿਹਾ ਸੀ ਇਹਨਾਂ ਦਾ ਆਪਸ 'ਚ ਕਿਤੇ ਕੋਈ ਮੋਟਰਸਾਈਕਲ ਅੱਗੇ ਲਾਉਣ ਤੋਂ ਇਹਨਾਂ ਦਾ ਆਪਸ 'ਚ ਤਕਰਾਰ ਹੋ ਗਿਆ ਅਤੇ ਜੋ ਆਪਸ 'ਚ ਉੱਥੇ ਹੱਥੋਂ ਪਾਈ ਹੋ ਪਏ ਉਸ ਤੋਂ ਬਾਅਦ ਗਲੀ ਮੁਹੱਲੇ ਵਾਲਿਆਂ ਨੇ ਇਹਨਾਂ ਨੂੰ ਬਿਠਾ ਕੇ ਇਹਨਾਂ ਦਾ ਰਾਜੀਨਾਮਾ ਕਰਾ ਦਿੱਤਾ ਅਤੇ ਉਸ ਤੋਂ ਬਾਅਦ ਜਦੋਂ ਕੋਈ ਇੱਕ ਦੋ ਡੇਢ ਘੰਟੇ ਬਾਅਦ ਇਹ ਆਪਣੀ ਜਿਹੜੇ ਹੈਗੇ ਆ ਮੋਹਿਤ ਹੁਣੀ ਮੋਹਿਤ ਮਹਾਜਨ ਅਤੇ ਸਾਹਿਲ ਸੁਨਿਆਰਾ ਜਿਹੜੇ ਉਹਨਾਂ ਦੇ ਘਰ ਆ ਕੇ ਉਹਨਾਂ ਦੇ ਘਰ ਪੈ ਗਏ ਉੱਥੇ ਤੇ ਹਵਾਈ ਫਾਇਰਿੰਗ ਵੀ ਕੀਤੀ ਹੈ ਅਤੇ ਜਦੋਂ ਇਹ ਮੁੰਡਾ ਜਿਹੜਾ ਪਲਵਿੰਦਰ ਸਿੰਘ ਬਾਹਰ ਨਿਕਲਿਆ ਅਤੇ ਉਹਦੇ ਉੱਪਰ ਫਾਇਰਿੰਗ ਕੀਤੀ ਗਈ ਜੋ ਉਹਦੇ ਖੱਬੇ ਚੂਲੇ 'ਤੇ ਲੱਗੀ ਇੱਕ ਗੋਲੀ ਲੱਗੀ ਇੱਕ ਖੱਬੇ ਚੂਲੇ ਨੂੰ ਛੂ ਕੇ ਨਿਕਲ ਗਈ ਉਹਦੀ ਅਤੇ ਇਸ ਸੰਬੰਧੀ ਐੱਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਅਤੇ ਜਿਹੜਾ ਮਦਈ ਦੇ ਮੁਤਾਬਕ ਤੇ ਉਹ 7-8 ਬੰਦੇ ਹੈਗੇ ਜਿਨ੍ਹਾਂ ਨੇ ਫਾਇਰ ਕੀਤਾ ਤੇ ਨਾਲ ਹੋਰ ਵੀ ਉਹਨਾਂ ਦੇ ਨਾਲ ਆਏ ਮੁੰਡੇ ਤੇ ਇਨਵੈਸਟੀਗੇਸ਼ਨ ਚ ਕਿੰਨੇ ਕ ਬੰਦੇ ਜੇ ਜਿਨ੍ਹਾਂ ਦੇ ਨਾਂ ਉੱਤੇ ਪਰਚਾ ਦਰਜ ਕੀਤਾ ਗਿਆ ਬਾਈ ਨੇਮ ਕਿੰਨਿਆਂ ਤੇ ਕੀਤਾ ਗਿਆ ਔਰ ਫਰਦਰ ਬਾਈ ਨੇਮ 8 ਬੰਦਿਆਂ ਦੇ ਉੱਪਰ ਹੈਗਾ ਤੇ ਇੱਕ ਦੋ ਬੰਦੇ ਜਿਹੜੇ ਹੈਗੇ ਜਿਨ੍ਹਾਂ ਦੇ ਉੱਤਰ ਜਿਹੜੇ ਅਨਨੋਨ ਹੈਗੇ ਪਰਸਨ ਸਰ ਕਿੰਨੇ ਕ ਵੈਪਨ ਸੀ ਔਰ ਕਿੰਨੀਆਂ ਗੋਲੀਆਂ ਚੱਲੀਆਂ ਉਹਨਾਂ ਦੇ ਮੁਤਾਬਕ ਤੇ ਵੈਪਨ ਬਾਰੇ ਫਾਇਰ ਤੇ ਇੱਕੋ ਵੈਪਨ ਨਾਲ ਹੀ ਹੋਇਆ ਜੀ ਬਾਕੀ ਤਫਤੀਸ਼ ਦਾ ਮਾਮਲਾ ਹੈ ਜੀ ਕਿੰਨੇ ਹੋਏ ਆ ਜਿੰਨੇ ਖੋਲ ਮਿਲੇ ਆ ਉਹ ਚੈੱਕ ਕਰਕੇ ਫਿਰ ਉਹ ਤਫਤੀਸ਼ ਦੇ ਮੁਤਾਬਕ ਕੀਤਾ ਲੜਕੇ ਦੇ ਸਰ ਦੱਸਣ ਮੁਤਾਬਕ ਕਿ 12-13 ਰਾਊਂਡ ਫਾਇਰ ਹੋਏ ਸਰ ਇਸ ਤਰ੍ਹਾਂ 12-13 ਰਾਊਂਡ ਤਕਰੀਬਨ 6-7 ਖੋਲ ਮਿਲੇ ਆ ਜੀ ਅਤੇ ਇੱਕ ਗੋਲੀ ਉਹਦੇ ਲੱਗੀ ਹੈ ਮੁੰਡੇ ਦੀ ਅਤੇ ਇੱਕ ਛੂ ਕੇ ਨਿਕਲੀ ਹੈ ਜੀ ਸਰ ਪਤਾ ਲੱਗਾ ਵੈਪਨ ਜਿਹੜੇ ਸੀ ਉਹ ਲੀਗਲ ਸੀ ਜਾਂ ਇਲੀਗਲ ਸੀ ਉਹ ਵੈਰੀਫਾਈ ਕਰ ਰਹੇ ਹਾਂ ਜੀ ਆਪਾਂ ਤਫਤੀਸ਼ ਕਰਕੇ ਫਿਰ ਤੁਹਾਨੂੰ ਦੱਸਾਂਗੇ ਜੀ ਕੋਈ ਪਰਸਨ ਸਰ ਅਰੈਸਟ ਹੋਏ ਪਰਸਨਲ ਫਿਲਹਾਲ ਅਜੇ ਕੋਈ ਨਹੀਂ ਘਰਾਂ ਦੇ ਉੱਪਰ ਰੇਡ ਕੀਤੀ ਹੈ ਜੀ ਦੋਸ਼ੀ ਆਪਣੇ ਘਰਾਂ ਤੋਂ ਤਾਲੇ ਮਾਰ ਕੇ ਫਰਾਰ ਹੋ ਚੁੱਕੇ ਆ ਇਹਨਾਂ ਦੇ ਰਿਸ਼ਤੇਦਾਰੀਆਂ ਜਾਂ ਹੋਰ ਕੁਛ ਕਰਕੇ ਇਹਨਾਂ ਦੇ ਘਰਾਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਵੇਗਾ ਸਰ ਕੱਲ੍ਹ ਦੇ ਗਵਰਨਰ ਸਾਹਿਬ ਜਿਹੜੇ ਨੇ ਇੱਥੇ ਅੰਮ੍ਰਿਤਸਰ ਦੇ ਵਿੱਚ ਆਏ ਹੋਏ ਸਰ ਤਾਂ ਤਕਰੀਬਨ ਉਸ ਤੋਂ ਬਾਅਦ ਵੀ ਅਜਿਹੀਆਂ ਘਟਨਾਵਾਂ ਜਿਹੜੀਆਂ ਹੋ ਰਹੀਆਂ ਸਰ ਕਿਤੇ ਨਾ ਕਿਤੇ ਕੁਛ ਲੱਗਦਾ ਪ੍ਰਸ਼ਾਸਨ ਦੀ ਥੋੜ੍ਹੀ ਅਣਗਹਿਲੀ ਨਹੀਂ ਪਰ ਪ੍ਰਸ਼ਾਸਨ ਦੀ ਕੋਈ ਅਣਗਹਿਲੀ ਨਹੀਂ ਦੀ ਅਤੇ ਰੂਟੀਨ 'ਚ ਦੋ ਜਿਹੜੇ ਦੋਸਤ ਦੋ ਗਰੁੱਪ ਆਪਸ 'ਚ ਲੜੇ ਆ ਜੀ ਮੋਟਰਸਾਈਕਲ ਲਗਾਉਣ ਤੋਂ ਲੜੇ ਆ ਜੀ ਅਤੇ ਇਹਦੇ ਵਿੱਚ ਕੋਈ ਇਹ ਹੈ ਨਹੀਂ ਰੂਟੀਨ 'ਚ ਝਗੜੇ ਹੁੰਦੇ ਰਹਿੰਦੇ ਆ ਜੀ ਅਤੇ ਪੁਲਿਸ ਉਹਨੂੰ ਸੋਲਵ ਕਰਕੇ ਛੇਤੀ ਛੇਤੀ ਇਹਨਾਂ ਦੋਸ਼ੀਆਂ ਨੂੰ ਜੇਲ੍ਹ ਰੱਖ ਦਿੱਤਾ ਜਾਵੇ यदि आपको हमारी ये वीडियो पसंद आई तो हमारे चैनल को लाइक शेयर और सब्सक्राइब करें ऐसी और अपडेट्स देखने के लिए बेल आइकॉन जरूर दबाएं।